ਹੁਸ਼ਿਆਰਪੁਰ-ਚਿੰਤਪੁਰਨੀ ਨੈਸ਼ਨਲ ਹਾਈਵੇ ਉੱਤੇ ਅੱਜ ਸਵੇਰੇ ਤਕਰੀਬਨ 10 ਵਜੇ PRTC ਦੀ ਬੱਸ ਪਲਟ ਗਈ। ਜਾਣਕਾਰੀ ਅਨੁਸਾਰ ਧਰਮਸ਼ਾਲਾ ਤੋਂ ਹੁਸ਼ਿਆਰਪੁਰ ਆ ਰਹੀ PRTC ਦੀ ਬੱਸ ਮੰਗੂਵਾਲ ਨਜ਼ਦੀਕ ਬਾਰਿਸ਼ ਕਾਰਨ ਡਰਾਈਵਰ ਦੇ ਸੰਤੁਲਨ ਤੋਂ ਬਾਹਰ ਹੋ ਗਈ ਅਤੇ ਪਹਾੜੀ ਨਾਲ ਜਾ ਟਕਰਾਈ, ਜਿਸ ਕਾਰਨ ਬੱਸ ਪਲਟ ਗਈ ਹੈ। ਹਾਲਾਂਕਿ ਬੱਸ 'ਚ ਇਸ ਵੇਲੇ 20 ਦੇ ਕਰੀਬ ਸਵਾਰੀਆਂ ਸੀ ਅਤੇ ਕੁਝ ਕੁ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਮੌਕੇ 'ਤੇ ਥਾਣਾ ਸਦਰ ਮੁਖੀ ਲਵਕੇਸ਼ ਕੁਮਾਰ ਭਾਰੀਪੁਰ ਸਮੇਤ ਪਹੁੰਚੇ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਕੀ ਨਾਮ ਹੈ ਭਾਅ ਜੀ ਆਪਣਾ? ਮੇਰਾ ਨਾਮ ਅਜੇਪਾਲ ਸਿੰਘ ਜੀ। ਕਿੱਥੋਂ ਬੱਸ ਆ ਰਹੀ ਸੀ, ਕੀ ਗੱਲ ਕੀ ਹੋਈ? ਧਰਮਸ਼ਾਲਾ ਤੋਂ ਵਾਪਸ ਆਉਂਦੇ ਪਏ ਜੀ, ਅਸੀਂ ਹੁਸ਼ਿਆਰਪੁਰ ਜਾਣਾ ਸੀ। ਤੁਸੀਂ ਕੰਡਕਟਰ ਹੋ ਜੀ? ਹਾਂਜੀ, ਕੰਡਕਟਰ ਹਾਂ ਜੀ। ਅੱਛਾ ਜੀ, ਕਿੱਦਾਂ ਹਾਦਸਾ ਕੀ ਹੋਇਆ? ਸਭ ਅਸੀਂ ਨਾ ਉੱਪਰ ਤੋਂ ਡਾਊਨ ਤੋਂ ਥੱਲੇ ਨੂੰ ਜਾ ਰਹੇ ਸੀ ਅਤੇ ਥੱਲੇ ਆਉਂਦੇ ਪਏ ਸੀ, ਬਾਰਿਸ਼ ਹੁੰਦੀ ਪਈ ਸੀ ਜੀ, ਜਦ ਗੱਡੀ ਮੁੜੀ ਆ ਜੀ ਆਊਟ ਆਫ ਕੰਟਰੋਲ ਹੋ ਗਈ ਆ ਜੀ, ਸਿੱਧੀ ਸਰ ਜਾ ਕੇ ਪਹਾੜ ਨਾਲ ਜਾ ਟਕਰਾਈ ਹੈ ਜੀ। ਠੀਕ ਹੈ ਜੀ, ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਨੁਕਸਾਨ ਗੱਡੀ ਦਾ ਤਾਂ ਕਾਫੀ ਸਾਰਾ ਹੈ ਜੀ, ਬਾਕੀ ਸਵਾਰੀਆਂ ਦਾ ਬਚਾਅ ਆ ਜੀ। ਸਵਾਰੀਆਂ ਕਿੰਨੀਆਂ ਸੀਗੀਆਂ ਜੀ? 20 ਕੁ ਸਵਾਰੀਆਂ ਹੈਗੀਆਂ ਜੀ, 15-20। ਅਤੇ ਸੱਟਾਂ ਕਿੰਨੀਆਂ ਕਦੇ ਲੱਗੀਆਂ? ਕੋਈ 4-5 ਹੈਗੀਆਂ ਜੀ, ਥੋੜ੍ਹੀਆਂ ਬਹੁਤੀਆਂ ਰਗੜਾਂ ਵਗੈਰਾ ਲੱਗੀਆਂ ਜੀ। ਪੁਲਿਸ ਆ ਗਈ ਸੀ ਮੌਕੇ? ਹਾਂਜੀ, ਮੁਲਾਜ਼ਮ ਮੌਕੇ 'ਤੇ ਆ ਗਏ ਜੀ। ਅਤੇ ਹੁਣ ਗੱਡੀ ਪਾਸੇ ਕਰਨ ਦਾ ਕਿੱਦਾਂ ਕੀ ਕਹਿ ਰਹੇ? ਸਭ ਕਰੇਨ ਮੰਗਵਾਈ ਹੈ ਜੀ। ਅੱਛਾ ਜੀ, ਹਾਂਜੀ। ਅਤੇ ਕਿਹੜੀ ਜਗ੍ਹਾ, ਕਿੱਥੇ ਕੁ ਹੋਇਆ ਹਾਦਸਾ ਆ ਕੇ? ਮੰਗੂਵਾਲ ਤੋਂ 2 ਕਿਲੋਮੀਟਰ ਉੱਪਰ ਹੈ ਜੀ ਜਿੱਥੇ ਹਾਦਸਾ ਹੋਇਆ। ਹਾਂਜੀ, ਗੱਡੀ ਨੰਬਰ ਕੀ ਸੀ, ਕਿਹੜਾ ਡੀਪੂ ਸੀਗਾ? PRTC ਦੀ ਬੱਸ ਆ ਜੀ, ਕਪੂਰਥਲਾ ਡੀਪੂ ਆ ਜੀ। ਡਰਾਈਵਰ ਠੀਕ ਆ ਜੀ? ਹਾਂਜੀ ਠੀਕ ਹੈ ਜੀ, ਡਰਾਈਵਰ ਸਾਹਿਬ ਠੀਕ ਨੇ, ਉਹਨਾਂ ਥੋੜ੍ਹੀ ਬਹੁਤ ਲੱਗੀ ਹੈ ਜੀ, ਪੈਰ 'ਤੇ ਲੱਗੀ ਹੈ ਸਰ। ਠੀਕ ਹੈ ਜੀ, ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ? ਹਾਂਜੀ, ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਜੀ ਹੋਸਪਿਟਲ। ਹਾਂਜੀ, ਤੁਸੀਂ ਇੱਥੇ ਇੰਤਜ਼ਾਰ ਕਰ ਰਹੇ ਹੋ ਕਰੇਨ ਦਾ? ਹਾਂਜੀ, ਕਰੇਨ ਦੀ ਵੇਟ ਕਰਦੇ ਹਾਂ ਜੀ। ਹਾਂਜੀ ਹਾਂਜੀ ਸਰ, ਕੀ ਹਾਦਸਾ ਕਿਸ ਤਰ੍ਹਾਂ ਹੋਇਆ, ਕਿੱਥੇ ਹੋਇਆ ਜੀ? ਇਹ ਹਾਦਸਾ ਜਿਹੜਾ ਆਪਣਾ ਇੰਟਰਸਟੇਟ ਮੰਗ ਬੈਰੀਅਰ ਹੈ ਉਹਦੇ ਲਾਗੇ ਹੋਇਆ। ਜਿਸ ਤਰ੍ਹਾਂ ਇਹ ਖਬਰ ਮਿਲੀ ਮੰਗੂਵਾਲ ਬੈਰੀਅਰ ਦੇ ਜਵਾਨਾਂ ਨੂੰ, ਉਹਨਾਂ ਨੇ ਨਾਲ ਹੀ ਕੰਟਰੋਲ ਰੂਮ 'ਤੇ ਇਤਲਾਹ ਦਿੱਤੀ ਕਿ ਇਸ ਤਰ੍ਹਾਂ ਇੱਕ ਐਕਸੀਡੈਂਟ ਹੋਇਆ, PRTC ਦੀ ਬੱਸ ਹੈ ਜਿਹੜੀ ਕਿ ਮੋੜ 'ਤੇ ਪਲਟ ਗਈ। ਉਸ ਤੋਂ ਬਾਅਦ ਮੌਕੇ 'ਤੇ ਕਾਫੀ ਇੱਥੇ ਪੁਲਿਸ ਪਹੁੰਚੀ ਹੈ, ਸਦਰ ਥਾਣੇ ਦੀ ਫੋਰਸ ਆਈ ਹੈ, PCR ਦੀ ਫੋਰਸ ਆਈ ਹੈ, ਟ੍ਰੈਫਿਕ ਵਾਲੇ ਵੀ ਆਏ ਅਤੇ ਜਿਹੜੇ ਆਪਣੀ ਹਾਈਵੇ ਪੈਟਰੋਲਿੰਗ ਹੈ ਉਹ ਵੀ ਆਈ ਹੈ, ਅਤੇ ਆਪਣੇ ਜਿਹੜੇ DSP City ਸਰ ਹੈ ਸਬ ਡਿਵੀਜ਼ਨ ਦੇ, ਉਹ ਵੀ ਇੱਥੇ ਆ ਕੇ ਉਹਨਾਂ ਨੇ ਵੀ ਮੌਕਾ ਦੇਖ ਲਿਆ। ਅਤੇ ਹੁਣ ਜਿਹੜੇ ਵੀ ਜਿਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਹੋਸਪਿਟਲ ਭੇਜ ਦਿੱਤਾ, ਜਿਹੜਾ ਡਰਾਈਵਰ ਸੀ ਜਿਹਦੇ ਜ਼ਿਆਦਾ ਸੱਟਾਂ ਲੱਗੀਆਂ ਉਹ ਵੀ ਚਲਾ ਗਿਆ,
तो हूँ बस आप वेट करते हैं कि कदों डिपो तो जे सी बी आती तो बस को सीधी करके आप साइड से लवा दें। ये मंगो अगर आप हिमाचल वालों आईए तो मंगोवाल बैरियर तो एक किलोमीटर पहले पता लगा कारण किस तरह कारण नुकसान हो नुकसान लोगों का तो ज़्यादा होया नहीं बचा ही है लोगों का पर बस का काफ़ी नुकसान है जिससे तुम उत्थे वीडियो देख सकते हो कि पूरी की पूरी बस पलट गई है। कंडक्टर ने भी गल की है कि दसों मुताबिक की हादसा किस तरह होया कंडक्टर के अनुसार इतने जरा काफ़ी मतलब हिली एरिए के होने के कारण रोड काफ़ी करवी है तो मोड़ के उपर स्लीपरी रोड्स के कारण क्योंकि बारिश का भी मौसम है वो कारण गड्डी पलट गई आउट ऑफ कंट्रोल होने के बाद।